ਦੇ ਕੋ ਬਾਬਾ ਬਾਤ ਤੋਂ ਵੀ ਵੱਧ ਕੇ ਚਲੋ ਇਹ ਗੱਲ ਹੈ ਕੌੜੀ ਹੈ ਪਰ ਜਦੋਂ ਜਿਹੜੀ ਇੱਕ ਬਿਰਤੀ ਹੁੰਦੀ ਹੈ ਹਰ ਸ਼ਹਿਰ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਹਰ ਦੇਸ਼ ਦੇ ਵਿੱਚ ਇੱਕ ਬਿਰਤੀ ਹੈ ਜਿਹੜੀ ਜਿਹਨੂੰ ਆਪਾਂ ਕ੍ਰਾਈਮਨਲ ਬਿਰਤੀ ਕਹਿੰਦੇ ਜਿਹੜੀ ਲੁੱਟ ਕੇ ਖਾਣ ਦੇ ਵਿੱਚ ੱੱਕਾ ਕਰਨ ਦੇ ਵਿੱਚ ਯਕੀਨ ਰੱਖਦੀ ਹੈ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਇਹੋ ਜਿਹੇ ਕ੍ਰਾਈਮਨਲ ਮਿਲ ਜਾਣਗੇ ਜਦੋਂ ਉਹਨਾਂ ਨੂੰ ਕਿਸੇ ਧਰਮ ਦੀ ਆੜ ਮਿਲਦੀ ਹੈ ਉਹ ਬੜੇ ਈਜ਼ੀਲੀ ਉਹਦੇ ਚ ਐਡਜਸਟ ਹੋ ਜਾਂਦੇ ਨੇ ਸ਼ਾਰਪ ਹੁੰਦੇ ਨੇ ਠੀਕ ਨਹੀਂ ਉਹਨਾਂ ਦਾ ਆਤਮ ਵਿਸ਼ਵਾਸ ਆਮ ਬੰਦੇ ਨਾਲੋਂ ਵੱਧ ਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਲੁੱਟਖੋ ਕਰਦਾ ਹੈ ਕਤਲ ਕਰਦਾ ਹੈ ਕ੍ਰਾਈਮਨਲ ਮਾਈਂਡ ਦਾ ਬੰਦਾ ਜਾਂ ਬਲਾਤਕਾਰ ਕਰਦਾ ਉਹਦਾ ਆਤਮ ਵਿਸ਼ਵਾਸ ਬਾਕੀ ਨਾਲੋਂ ਵੱਧ ਹੁੰਦਾ ਹੈ ਸੋ ਇਹ ਲੋਕ ਜਦੋਂ ਖਾੜਕੂ ਲਹਿਰ ਵੀ ਚੱਲੀ ਇਹੋ ਜੇ ਬਹੁਤ ਲੋਕ ਵਿੱਚ ਵੜੇ ਜਿਨ੍ਹਾਂ ਨੇ ਆਪਣੇ ਨਿੱਜੀ ਅਰੰਸ਼ਾ ਵੀ ਕੱਢੀਆਂ ਖਾੜਕੂਵਾਦ ਨੂੰ ਬਦਨਾਮ ਵੀ ਕੀਤਾ ਆਬਵੀਅਸਲੀ ਉਹੋ ਜੇ ਲੋਕਾਂ ਨੂੰ ਸਰਕਾਰ ਦੀ ਏਜੰਸੀਆਂ ਦੀ ਸ਼ਹਿ ਵੀ ਮਿਲਣੀ ਸੁਭਾਵਕ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਵੀ ਮਸਲਾ ਹੱਲ ਹੁੰਦਾ ਸੀ ਲਹਿਰ ਬਦਨਾਮ ਹੁੰਦੀ ਸੀ ਸੋ ਇਹ ਜਿਹੜੀ ਇਹੋ ਜੇ ਲੋਕ ਨੇ ਕਦੀ ਬਾਬੇ ਬਣ ਜਾਂਦੇ ਨੇ ਤੁਸੀਂ ਜਿੰਨੇ ਅੱਜ ਵੱਡੇ ਡੇਰੇ ਜਿਨ੍ਹਾਂ ਦਾ ਕਨਫਲਿਕਟ ਸਿੱਖਾ ਨਾ ਰਿਹਾ ਜਿਹੜੇ ਰੱਜ ਕੇ ਪਖੰਡ ਕਰਦੇ ਨੇ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰੋ ਕੋਈ ਡਾਕੂ ਰਿਆ ਕੋਈ ਚੋਰ ਰਿਆ ਕੋਈ ਲੁਟੇਰਾ ਰਿਆ ਕੋਈ ਬਲਾਤਕਾਰੀ ਰਿਆ ਕਿਸੇ ਦੇ ਗਨਾਹ ਪਹਿਲਾਂ ਸਾਹਮਣੇ ਆ ਕੇ ਕਿਸੇ ਦੇ ਮੁੜ ਕੇ ਆਏ ਸੋ ਇਹ ਉਹ ਬਿਰਤੀ ਹੈ ਜਿਹੜੀ ਅੱਜ ਪਾਸਟਰ ਬਣ ਰਹੀ ਆ ਇਹ ਉਹੀ ਜਿਹੜੀ ਮਾਨਸਿਕ ਤੌਰ ਤੇ ਕਰਾਇਮ ਕਰਨ ਲਈ ਤਿਆਰ ਹੈ ਠੀਕ ਹੈ ਔਰ ਇਹਨਾਂ ਨੂੰ ਸਿਰਫ ਮੌਕਾ ਚਾਹੀਦਾ ਧਰਮ ਦੀ ਆੜ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਸੌਖੀਆਂ ਹੋ ਜਾਂਦੀ ਠੀਕ ਨਹੀਂ ਔਰ ਇਹ ਸਾਧ ਵੀ ਬਣ ਜਾਂਦੇ ਨੇ ਠੀਕ ਹੈ ਨੇ ਸਾਧ ਦੇ ਭੇਸ ਦੇ ਵਿੱਚ ਇਹ ਉਹੀ ਲੋਟੂ ਜਿਹੜੇ ਜਿਨ੍ਹਾਂ ਦੀ ਅੱਖ ਲੋਕਾਂ ਦੀਆਂ ਘਰਾਂ ਦੀਆਂ ਔਰਤਾਂ ਤੇ ਆ ਉਹਨਾਂ ਦੇ ਜਸਮਾ ਤੇ ਆ ਤੁਹਾਡੇ ਪੈਸੇ ਤੇ ਆ ਇਹਨਾਂ ਲਈ ਅਦਰਵਾਈਜ਼ ਜੋ ਕੋਈ ਕ੍ਰਾਈਮਨਲ ਜਿਹੜਾ ਆ ਉਹ ਕ੍ਰਾਈਮ ਕਰਦਾ ਉਹਦੇ ਲਈ ਇਹ ਕੰਮ ਔਖਾ ਹੋ ਜਾਂਦਾ ਪੁਲਿਸ ਦੀ ਨਿਗਾ ਵੀ ਆਉਂਦੀ ਆ ਫੜਿਆ ਜਾਂਦਾ ਜੇਲ੍ਹਾਂ ਚ ਜਾਣਾ ਪੈਂਦਾ ਇੱਥੇ ਤੁਹਾਨੂੰ ਸਾਰੀ ਢਾਲ ਮਿਲ ਜਾਂਦੀ ਪ੍ਰੋਟੈਕਸ਼ਨ ਮਿਲ ਜਾਂਦੀ ਸੋ ਫੋਰਨ ਵੰਡਿੰਗ ਵੀ ਮਿਲ ਰਹੀ ਆ ਜਦੋਂ ਸਿੱਖਾਂ ਨੂੰ ਕਿਸੇ ਚੀਜ਼ ਦਾ ਖੋਰਾ ਲੱਗ ਰਿਹਾ ਹੁੰਦਾ ਉਦੋਂ ਇਹਨਾਂ ਨੂੰ ਦੇਸ਼ ਦੀ ਏਕਤਾ ਖੰਡਤਾ ਨੂੰ ਏਜੰਸੀਆਂ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਨਿਸ਼ਾਨਾ ਹੈ ਕਿਉਂਕਿ ਉਹ ਪੰਜਾਬ ਨੂੰ ਬਸਤੀਵਾਦ ਸਮਝਦੇ ਨੇ ਸੋ ਇਸ ਬਸਤੀ ਉਹਨਾਂ ਦੀ ਨਿਗਾਹ 'ਚ ਜਿਹੜੀ ਇਹ ਬਸਤੀ ਹੈ ਉੱਥੇ ਸਭ ਤੋਂ ਵੱਡਾ ਚੈਲੰਜ ਉਹਨਾਂ ਨੂੰ ਸਿੱਖਾਂ ਤੋਂ ਮਿਲਦਾ ਜਿਹੜੀ ਵੀ ਧਿਰ ਸਿੱਖਾਂ ਨੂੰ ਕੋਈ ਸੱਟ ਪਹੁੰਚਾਉਂਦੀ ਹੈ ਨੁਕਸਾਨ ਪਹੁੰਚਾ ਸਕਦੀ ਹੈ ਕਿਸੇ ਵੀ ਐਂਗਲ ਤੋਂ ਧਾਰਮਿਕ ਤੌਰ ਤੇ ਫਿਜ਼ੀਕਲੀ ਅਤਿਆਚਾਰ ਕਰ ਸਕਦੀ ਹੈ ਮਾਨਸਿਕ ਰੂਪ ਦੇ ਵਿੱਚ ਉਹਨਾਂ ਨੂੰ ਗੁਲਾਮ ਬਣਾ ਸਕਦੀ ਹੈ ਉਹ ਧਿਰ ਜਿੰਨੀ ਮਰਜ਼ੀ ਘਟਿਆ ਤੋਂ ਘਟਿਆ ਹੋਵੇ ਉਹ ਏਜੰਸੀਆਂ ਨੂੰ ਸੂਟ ਕਰਦੀ ਸੋ ਇਹਨਾਂ ਨੂੰ ਪ੍ਰੋਟੈਕਸ਼ਨ ਮਿਲਣ ਦਾ ਜਿਹੜਾ ਹ ਹੁਣ ਤੱਕ ਕਿਉਂਕਿ ਇਹ ਕਿੱਡਾ ਵੱਡਾ ਚੈਲੰਜ ਹੈ ਕੀ ਏਜੰਸੀਆਂ ਨੂੰ ਜਿਹੜੀਆਂ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਪਿੱਟਦੀਆਂ ਸਾਡੇ ਨੌਜਵਾਨਾਂ ਨੂੰ ਘਰਾਂ ਚੋਂ ਚੱਕ-ਚੱਕ ਕੇ ਉਹਨਾਂ ਦੇ ਉੱਤੇ ਬੰਬਾਂ ਦੇ ਅਸਲਿਆਂ ਦੇ ਕੇਸ ਪਾਉਂਦੀ ਹੈ ਕੀ ਉਹਨੂੰ ਪੰਜਾਬ ਦੀ ਹਿਸਟਰੀ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਜਿਸ ਵੀ ਡੇਰੇ ਨੇ ਸਿੱਖਾਂ ਨੂੰ ਲਲਕਾਰਿਆ ਉਹਦਾ ਕਨਫਲਿਕਟ ਇਹੋ ਜਿਹਾ ਏਡਾ ਵੱਡਾ ਹੋਇਆ ਉਹ ਕਨਫਰਟੇਸ਼ਨ ਨਾ ਮੁੜ ਕੇ ਸਟੇਟ ਕੋਲੋਂ ਸੰਭੀ ਗਈ ਨਾ ਸਾਡੇ ਵੀ ਕੰਟਰੋਲ ਚ ਰਹੀ ਹੁਣ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਜਿਹੜਾ ਇਹ ਲਫ਼ਜ਼ ਵਰਤ ਰਹੇ ਨੇ ਕ੍ਰ ਉਦਾ ਮਤਲਬ ਹੈ ਧਰਮਯੁੱਧ ਇਹਦਾ ਮਤਲਬ ਉਹ ਸਿੱਖਾਂ ਨੂੰ ਧਰਮਯੁੱਧ ਲਈ ਆ ਕੇ ਚੈਲੰਜ ਕਰਕੇ ਗਿਆ ਤੇ ਸਿੱਖਾਂ ਨੇ ਉਹਨੂੰ ਪ੍ਰਵਾਨ ਕੀਤਾ ਹੁਣ ਇਹਨਾਂ ਨਕਲੀ ਪਾਸਟਰਾਂ ਦੀ ਦੌੜ ਲਵਾਵਾਂਗੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਵਾਂਗੇ ਔਰ ਇਸ ਤੋਂ ਪਹਿਲਿਆਂ ਦਾ ਜੋ ਹਸ਼ਰ ਹੋਇਆ ਚੈਲੰਜ ਕਰਨ ਵਾਲੇ ਦਾ ਉਹੀ ਇਹਨਾਂ ਦਾ ਹੋਣਾ ਹੈ ਉਹਨਾਂ ਚੱਕਰ ਏਜੰਸੀਆਂ ਇਹਨਾਂ ਨੂੰ ਪ੍ਰੋਟੈਕਟ ਜ਼ਰੂਰ ਕਰਨਗੀਆਂ ਜਿੰਨਾ ਚੱਕਰ ਸਾਡਾ ਨੁਕਸਾਨ ਹੁੰਦਾ ਰਹੇਗਾ ਪਰ ਅਲਟੀਮੇਟਲੀ ਇਹੋ ਜੀ ਕੋਈ ਜੰਗ ਨਹੀਂ ਸਿੱਖਾਂ ਨੇ ਹਾਰੀ ਜਿਹੜੀ ਲੰਬੀ ਜ਼ਰੂਰ ਚੱਲੀ ਹੋਊਗੀ ਪਰ ਅੱਜ ਸਰਸੇ ਵਾਲੇ ਦਾ ਤੁਸੀਂ ਦੇਖ ਲਓ ਕੀ ਹਸ਼ਰ ਹੋਇਆ ਔਰ ਉਹ ਉਹ ਜ ਲੱਖਾਂ ਲੋਕਾਂ ਦੇ ਫਾਲੋਅਰਸ ਦੇ ਅੱਜ ਉਹ ਪਿੰਡਾਂ ਦੇ ਵਿੱਚ ਜਿੱਥੇ 20-20 ਹਜ਼ਾਰ ਬੰਦਾ ਡੇਰਿਆਂ ਨਾਲ ਜੁੜਿਆ ਸੀ ਅੱਜ ਉਹ ਘਟ ਕੇ 2 ਤੋਂ 2.5 ਹਜ਼ਾਰ ਰਹਿ ਗਿਆ ਸੋ ਇਹ ਜਿਹੜੇ ਲੱਖਾਂ ਲੋਕਾਂ ਦਾ ਦਾਵਾ ਹੰਕਾਰ ਦੇ ਵਿੱਚ ਆ ਕੇ ਜੀ ਸਾਡਾ 12 ਲੱਖ ਦਾ ਇਕੱਠ ਹੋ ਗਿਆ ਸਾਡਾ 5 ਲੱਖ ਦਾ ਇਕੱਠ ਹੋ ਗਿਆ ਐਕਚੁਅਲੀ ਇਕੱਠ ਜਿਹੜੇ ਤੁਸੀਂ ਉਹਨੂੰ ਅਬਜ਼ਰਵ ਕਰੋ ਇਹ ਜਿਹੜੀਆਂ ਫੋਟੋਗ੍ਰਾਫਸ ਉਹਨਾਂ ਨੇ ਡ੍ਰੋਨਸ ਲੀਕ ਕੀਤੀਆਂ ਐਕਚੁਅਲੀ ਇਕੱਠ ਹਜ਼ਾਰਾਂ ਦੀ ਗਿਣਤੀ 'ਚ ਵੀ ਸੀ ਲੱਖ ਤੋਂ ਉੱਪਰ ਵੀ ਇਕੱਠ ਹੈ ਨਹੀਂ ਸੀ ਕੁਝ ਹਜ਼ਾਰ ਦਾ ਇਕੱਠ ਸੀਗਾ ਜਿਹੜਾ ਕਿ 올ਓਵਰ ਇੰਡੀਆ ਦਾ ਸੀ ਜਿਹਨੂੰ ਇਹਨਾਂ ਨੇ ਇਹ ਕਿਹਾ ਵੀ ਸਾਡਾ 11 ਲੱਖ ਇਕ ਨਾ ਤਾਂ ਪੋਲੀਟਿਕਲ ਬੰਦਿਆਂ ਦੀ ਇੰਨੀ ਸਮਝ ਆਇਆ ਇਹ ਉਹ ਵੀ ਇਹਨਾਂ ਦੇ ਪ੍ਰਚਾਰ ਦਾ ਹਿੱਸਾ ਬਣ ਕੇ ਇਸ ਨੈਰੇਟਿਵ ਦਾ ਹਿੱਸਾ ਬਣ ਕੇ ਇਹਨਾਂ ਦੇ ਗੋਡੇ ਘੁੱਟਣ ਤੁਰ ਪੈਂਦੇ ਸੋ ਇਹ ਕੁਝ ਹਜ਼ਾਰਾਂ ਦਾ ਇਕੱਠ ਹੈ ਇਹ ਲੱਭਣਾ ਵੀ ਨਹੀਂ ਜਿਸ ਦਿਨ ਜਿਹੜੀ ਵੱਡੀ ਗਿਣਤੀ ਹੈ ਜਿਹੜੀ ਐਸਸੀ ਕਮਿਊਨਿਟੀ ਦੀ ਇਹਨਾਂ ਦੇ ਵਿੱਚ ਮਾਈਗ੍ਰੇਟ ਹੋ ਰਹੀ ਹੈ ਉਹਨਾਂ ਨੂੰ ਵੀ ਨਹੀਂ ਪਤਾ ਵੀ ਅਸੀਂ ਤੁਹਾਡੇ ਮਾਧਿਅਮ ਰਾਂ ਵੀ ਦੱਸਣਾ ਚਾਹੁੰਦੇ ਆਂ ਆ ਵੀ ਜਦੋਂ ਇਸਾਈ ਬਣ ਜਾਣਗੇ ਜਿਹੜੀਆਂ ਸਰਕਾਰੀ ਸਹੂਲਤਾਂ ਰਿਜ਼ਰਵੇਸ਼ਨ ਦੇ ਆਧਾਰ ਤੇ ਉਹਨਾਂ ਨੂੰ ਮਿਲ ਰਹੀਆਂ ਉਹ ਸਾਰੀਆਂ ਖਤਮ ਹੋ ਜਾਣੀਆਂ ਇਹ ਆਪਣੇ ਬੱਚਿਆਂ ਦੇ ਭਵਿੱਖ ਤੇ ਵੀ ਸੱਟ ਮਾਰ ਰਿਹਾ ਹੈ ਹਾਲਾਂਕਿ ਅਗਰ ਤੁਸੀਂ ਜਿਹੜਾ ਅਗਰ ਤੁਸੀਂ ਸਿੱਖ ਧਰਮ ਨੂੰ ਅਪਣਾਉਂਦੇ ਹੋ ਸਭ ਤੋਂ ਜਿਹੜੀ ਇਹਨਾਂ ਦੇ ਵਿੱਚ ਵੀ ਕੈਟੇਗਰੀਜ਼ ਵੀ ਨੇ ਨਾ ਜਾਤਾਂ ਦੇ ਵਿੱਚ ਵੀ ਅਨੁਸੂਚਿਤ ਜੁਤੀ ਜੋ ਇਹਨਾਂ ਦੀ ਸਰਕਾਰੀ ਭਾਸ਼ਾ ਮੈਂ ਮਨੁਵਾਦੀ ਭਾਸ਼ਾ ਨਹੀਂ ਵਰਤ ਰਿਹਾ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕੈਟੇਗਰੀਜ਼ ਕੀਤੀਆਂ ਵੀ ਜਿੱਥੇ ਸਭ ਤੋਂ ਲੋਅਰ ਮੰਨਦੇ ਨੇ ਇਕਨੋਮਿਕਲੀ ਆਰਥਿਕ ਤੌਰ ਤੇ ਵੀ ਇਹ ਸਭ ਤੋਂ ਥੱਲੇ ਨੇ ਉਸ ਤੋਂ ਉੱਪਰ ਨੇ ਉਸ ਤੋਂ ਉੱਪਰ ਨੇ ਜਿਹੜਾ ਆਰਥਿਕ ਤੌਰ ਤੇ ਸਭ ਤੋਂ ਥੱਲੇ ਵਾਲਾ ਤਬਕਾ ਹੈ ਸਰਕਾਰ ਦੀ ਸੂਚੀ ਮੁਤਾਬਕ ਉਦੇ ਵਿੱਚ ਪੰਜਾਬ ਚ ਸਭ ਤੋਂ ਵੱਡੀ ਗਿਣਤੀ ਸਿੱਖਾਂ ਦੀ ਹੈ ਤੇ ਜੇ ਉਹਨਾਂ ਨੂੰ ਕਿਸੇ ਨੇ ਜਿਹੜੇ ਦਾਅਵੇ ਵੀ ਕੀਤੇ ਜਾਂਦੇ ਹਨ ਨਾ ਜੀ ਤੁਸੀਂ ਸਪੇਸ ਨਹੀਂ ਦੇ ਰਹੇ ਗੁਰਦੁਆਰਿਆਂ ਚ ਜੇ ਆਰਥਿਕ ਤੌਰ ਤੇ ਸਭ ਤੋਂ ਥੱਲੇ ਵਾਲੀ ਜਿਹੜੀ ਤਬਕਾ ਹੈ ਗਰੀਬ ਤਬਕਾ ਜੇ ਉਹਨੂੰ ਕਿਸੇ ਨੇ ਸਿੱਖ ਬਣਨ ਤੋਂ ਨਹੀਂ ਰੋਕਿਆ ਤੇ ਉਸ ਤੋਂ ਉੱਪਰਲੀ ਜਿਹੜੀ ਕਾਸਟ ਹੈ ਉਹਨੂੰ ਕਿਹਨੇ ਰੋਕਿਆ ਪੰਜਾਬ ਦੇ ਵਿੱਚ